ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ লাই ਸਾ ਸੰਗਤ ਜੀ ਸੁਪਨੇ ਹਰ ਮਨੁੱਖ ਨੂੰ ਆਉਂਦੇ ਨੇ ਤੇ ਇਹਨਾਂ ਵਿੱਚ ਕੀ ਹੁੰਦਾ ਹੈ ਇਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਤੇ ਹਰੇਕ ਸੁਪਨੇ ਦਾ ਆਪਣਾ ਕੋਈ ਭਾਵ ਹੁੰਦਾ ਹੁਣ ਸੁਪਨੇ ਦੇ ਵਿੱਚ ਸੱਪ ਨੂੰ ਹੀ ਲੈ ਲਵੋ ਆਪਾਂ ਸਭ ਨੇ ਸੁਪਨੇ ਵਿੱਚ ਸੱਪ ਨੂੰ ਕਦੇ ਨਾ ਕਦੇ ਵੇਖਿਆ ਹੋਣਾ ਆਪਾਂ ਜੋ ਸੁਪਨੇ ਵਿੱਚ ਵੇਖਦੇ ਹਾਂ ਉਹ ਆਪਣੇ ਭਵਿੱਖ ਨੂੰ ਦਰਸਾਉਂਦਾ ਵੇਖੋ ਮਨੋਕਤੀ ਸੱਪ ਦਾ ਸਬੰਧ ਤਾਂ ਸ਼ੁਰੂ ਤੋਂ ਹੀ ਚੱਲਦਾ ਆਉਂਦਿਆ। ਆਪਾਂ ਨੂੰ ਉਂਝ ਜੇ ਸੱਪ ਅਸਲ ਵਿੱਚ ਸਾਹਮਣੇ ਆ ਜਾਏ ਤਾਂ ਆਪਾਂ ਡਰ ਜਾਂਦੇ ਆਂ, ਭੈ ਖਾ ਜਾਂਦੇ ਆਂ। ਤੇ ਜੇ ਸੁਪਨੇ ਵਿੱਚ ਵੀ ਆਉਂਦਾ ਤਾਂ ਕਈ ਵਾਰ ਆਪਣੀ ਜਾਗ ਖੁੱਲ ਜਾਂਦੀ ਏ। ਹਰ ਸੁਪਨਾ ਸੱਚ ਵੀ ਨਹੀਂ ਹੁੰਦਾ, ਅਸਲ ਵੀ ਨਹੀਂ ਹੁੰਦਾ। ਕਈ ਵਾਰ ਜਿਸ ਚੀਜ਼ ਬਾਰੇ ਜ਼ਿਆਦਾ ਸੋਚਦੇ ਆਂ, ਮਨ ਵਿੱਚ ਘੁੰਮਰੀ ਹੁੰਦੀ ਏ, ਉਹੀ ਖਵਾਬ ਪਣ ਸਾਡੇ ਅੱਗੇ ਆ ਜਾਂਦੀ ਏ। ਪਰ ਜੇ ਉਹ ਅਸਲ ਵਿੱਚ ਸੁਪਨਾ ਹੈ ਇਸ ਸਵੇਰ ਤਾਂ ਆਪਣੇ ਕਿਸੇ ਵੱਡੇ ਨਾਲ ਇਸ ਬਾਰੇ ਜ਼ਰੂਰ ਗੱਲ ਕਰੋ ਕੁਝ ਵਿਦਵਾਨ ਤੇ ਵੱਡੇ-ਵਡੇਰੇ ਇਸ ਗੱਲ ਨੂੰ ਮੰਨਦੇ ਨੇ ਕਿ ਸੁਪਨੇ ਵਿੱਚ ਆਪਾਂ ਨੂੰ ਜੇ ਸੱਪ ਵੱਢਦਾ ਜਾਂ ਡੰਗ ਮਾਰਦਾ ਹੈ ਤਾਂ ਸਮਝੋ ਇਹ ਦੱਸ ਰਿਹਾ ਹੈ ਕਿ ਆਪਣੇ ਕੋਲ ਕਿਸੇ ਪਾਸੋਂ ਧਨ, ਦੌਲਤ ਤੇ ਆਉਣ ਵਾਲੀ ਹੈ ਉਹਦਾ ਸਬੱਬ ਵਣਨ ਵਾਲਾ ਤੇ ਜੇ ਕਦੇ ਆਪਾਂ ਨੂੰ ਇਹ ਸੁਪਨਾ ਆਵੇ ਵੀ ਆਪਾਂ ਜਾ ਰਹਿਆਂ ਤੇ ਆਪਣੇ ਪਿੱਛੇ ਕੋਈ ਸੱਪ ਲੱਗ ਗਿਆ ਜਾਂ ਪਿੱਛੇ-ਪਿੱਛੇ ਤੁਰਿਆ ਆਉਂਦਿਆ ਤੇ ਇਸ ਦਾ ਭਾਵ ਹੈ ਕਿ ਆਪਾਂ ਭਵਿੱਖ ਨੂੰ ਲੈ ਕੇ ਬੜੀ ਜ਼ਿਆਦਾ ਚਿੰਤਾ ਕਰਦੇ ਹਾਂ ਕੋਈ ਗੱਲ ਏ ਜੋ ਆਪਾਂ ਨੂੰ ਅੰਦਰ ਹੀ ਅੰਦਰ ਪਰੇਸ਼ਾਨ ਕਰਦੀ ਪਈਏ ਜਾਂ ਆਪਾਂ ਨੂੰ ਐਵੇਂ ਹੈ ਕਿ ਕੋਈ ਆਪਣੀ ਗੱਲ ਕਿਸੇ ਨੂੰ ਪਤਾ ਨਾ ਲੱਗ ਜੇ ਫਿਰ ਕੁਝ ਸਿਹਤ ਪੱਖੋਂ ਵੀ ਮਾੜਾ ਵਾਪਰਦਾ ਇਸ ਲਈ ਆਪਣਾ ਖਿਆਸਤ ਜੋ ਹੈ ਨਾ ਧਿਆਨ ਰੱਖਿਆ ਜਾਵੇ ਜਾਂ ਫਿਰ ਜਦੋਂ ਬਹੁਤ ਸਾਰੇ ਇਕੱਠੇ ਵਿਖਣ ਤੇ ਤੁਸੀਂ ਉਹਨਾਂ ਕੋਲੋਂ ਬਚਣਾ ਇਹ ਬਚ ਕੇ ਨਿਕਲ ਜਾਓ ਜਾਂ ਫਿਰ ਉਸ ਨੂੰ ਉਥੇ ਮਾਰ ਦੋ ਤੁਸੀਂ ਆਉਣ ਵਾਲੇ ਕੰਮ ਤੇ ਜਿੱਤ ਹਾਸਲ ਕਰ ਲਵੋਗੇ ਜੇ ਕਦੇ ਚਿੱਟੇ ਰੰਗ ਦਾ ਸੱਪ ਵਿਖੇ ਤਾਂ ਇਸ ਦਾ ਭਾਵ ਹੈ ਕਿ ਜੋ ਆਪਣੀ ਆਰਥਿਕ ਜ਼ਿੰਦਗੀ ਹੈ ਨਾ ਉਹ ਸੁਧਰਨ ਵਾਲੀ ਹੈ ਤੇ ਜੋ ਆਪਣੀਆਂ ਇੱਛਾਵਾਂ ਨੇ ਉਹ ਪੂਰੀਆਂ ਹੋਣ ਵਾਲੀਆਂ ਨੇ ਤੇ ਜੇ ਹਰ ਰੋਜ਼ ਇਹੀ ਚੀਜ਼ ਆਪਾਂ ਨੂੰ ਦਿਖੇ ਤਾਂ ਇਸ ਲਈ ਰੋਜ਼ ਕਿਸੇ ਨੂੰ ਪ੍ਰਸ਼ਾਦਾ ਛਕਾਓ ਤੇ ਜੇ ਕਿਸੇ ਨੂੰ ਉੱਡਦਾ ਸੱਪ ਦੇਖਦਾ ਤਾਂ ਆਪਾਂ ਨੂੰ ਸੁਚੇਤ ਕਰਦਾ ਪਿਆ ਮਨੁੱਖਾ ਹਰ ਇੱਕ ਚੀਜ਼ ਨੂੰ ਸੋਚ ਸਮਝ ਵਿਚਾਰ ਕਰ ਤੇ ਫਿਰ ਉਸ ਨੂੰ ਜ਼ਿੰਦਗੀ ਵਿੱਚ ਆ ਚੱਲ